ਦਨਾ ਦੇ ਵਿੱਚ ਭਾਰ ਵਧਾਉਣ ਵਾਲਾ ਆਪ ਇੱਕ ਬਾਲਾ ਜਬਰਦਸਤ ਘਰੇਲੂ ਤਰੀਕਾ ਦੱਸਾਂਗੇ ਜਿਹਨੂੰ ਤੁਸੀਂ ਬਿਲਕੁਲ ਆਪਣੇ ਘਰੇ ਤਿਆਰ ਕਰ ਸਕਦੇ ਹੋ ਬਿਲਕੁਲ ਘੱਟ ਖਰਚੇ ਦੇ ਵਿੱਚ ਤੁਸੀਂ ਜਿੰਨਾ ਮਰਜ਼ੀ ਭਾਰ ਵਧਾ ਲਓ ਜੀ ਕਰਨਾ ਕੀ ਹੈ ਸਭ ਤੋਂ ਪਹਿਲਾਂ ਆਪਾਂ ਦੁੱਧ ਗਰਮ ਰੱਖਦਾ ਜਿੰਨਾ ਕ ਦੁੱਧ ਤੁਸੀਂ ਪੀ ਸਕਦੇ ਹੋ ਇਸ ਤੋਂ ਬਾਅਦ ਆਪਾਂ ਇੱਕ ਛੋਟੇ ਕੁੰਡੇ ਦੇ ਵਿੱਚ ਕਾਜੂ ਬਦਾਮ ਪਾ ਲੇ ਤੇ ਦੋ ਕੱਪਾਂ ਨੇ ਇਹਦੇ ਵਿੱਚ ਇਲਾਇਚੀਆਂ ਪਾ ਲਈ ਇਹਨਾਂ ਨੂੰ ਆਪਾਂ ਥੋੜਾ ਥੋੜਾ ਹਲਕਾ ਹਲਕਾ ਇਹਨੂੰ ਆਪਾਂ ਚੰਗੇ ਤਰੀਕੇ ਨਾਲ ਕੁੱਟ ਲਾਂਗੇ ਤੇ ਜਿਹੜੇ ਲੋਕ ਕਹਿੰਦੇ ਨੇ ਵੀ ਸਾਡਾ ਭਾਰ ਨਹੀਂ ਵਧਦਾ ਤੁਸੀਂ ਖਾ ਖਾ ਕੇ ਸਾਰੀਆਂ ਚੀਜ਼ਾਂ ਅੱਕ ਗੇ ਦਵਾਈਆਂ ਵੀ ਨਾ ਮਰਜੀ ਭਾਰ ਵਧਾ ਲਿਓ ਤੁਸੀਂ ਹੁਣ ਹੁਣ ਜਿੰਨਾ ਵੀ ਆਪਾਂ ਨੇ ਇਹਦੇ ਵਿੱਚ ਤਿੰਨੇ ਚੀਜ਼ਾਂ ਨੂੰ ਥੋੜਾ ਜਿਹਾ ਕੁੱਟਿਆ ਸੀ ਹਲਕਾ ਹਲਕਾ ਇਹਨੂੰ ਆਪਾਂ ਨੇ ਇਹਦੇ ਵਿੱਚ ਪਾ ਲਿਆ ਠੀਕ ਹੈ ਹਲਕਾ ਹਲਕਾ ਕੁੱਟਣੇ ਨੂੰ ਬਾਹਲਾ ਇਹਦਾ ਪਾਊਡਰ ਨਹੀਂ ਬਣਾਉਣਾ ਹੈਗਾ ਤੇ ਇਸ ਤੋਂ ਬਾਅਦ ਆ ਦੁੱਧ ਦੇ ਵਿੱਚ ਪਾ ਲਓ ਤੇ ਹਲਕਾ ਹਲਕਾ ਇਹਨੂੰ ਹਿਲਾਉਂਦੇ ਜਾਓ ਚਮਚਾ ਤੁਸੀਂ ਇਹਦੇ ਵਿੱਚ ਰੱਖਣਾ ਦੁੱਧ ਹੀੇਠਾਂ ਲੱਗਣਾ ਨਹੀਂ ਚਾਹੀਦਾ ਜਿੰਨਾ ਵੀ ਦੁੱਧ ਤੁਸੀਂ ਪੀ ਸਕਦੇ ਹੋ ਮੰਨ ਲਓ ਵੀ ਤੁਹਾਡੀ ਕੰਪੈਸਟੀ ਕਿੰਨੀ ਹੈ ਤੁਹਾਡਾ ਜੀ ਕਿੰਨਾ ਕਰਦਾ ਦੁੱਧ ਪੀਣ ਨੂੰ ਅੱਧਾ ਕਿਲੋ ਪਾਈ ਆ ਜਾਂ 1 ਕਿਲੋ ਜਿੰਨਾ ਤੁਸੀਂ ਵੱਧ ਦੁੱਧ ਪੀਓਗੇ ਉਨਾਂ ਹੀ ਤੁਹਾਡਾ ਜ ਪਾਈਆ ਕੇ ਦੁੱਧ ਪੀ ਸਕਦੇ ਹੁੰਦਾ ਇੰਨਾ ਕਸਮਾਨ ਪਾ ਲਿਓ ਜਿੰਨਾ ਕ ਆਪਾਂ ਨੇ ਪਾਇਏ ਜੇ ਤੁਸੀਂ ਅੱਧੇ ਕਿਲੋ ਦੁੱਧ ਪਾਉਣਾ ਤਾਂ ਜਿਹੜੇ ਆਪਾਂ ਨੇ ਕਾਜੂ ਬਦਾਮ ਤੇ ਇਲਾਚੀਆਂ ਪਾਈਆਂ ਨੇ ਇਹਨਾਂ ਦੀ ਕੁਆਂਟੀਟੀ ਹੋਰ ਵਧਾ ਲਿਓ 1 ਕਿਲੋ ਪੀਨੇ ਹੋ ਤਾਂ ਥੋੜਾ ਜਿਹਾ ਹੋਰ ਜਿਆਦਾ ਕਰ ਲਿਓ ਚੰਗੇ ਤਰੀਕੇ ਨਾਲ ਇਹਨੂੰ ਆਪਾਂ ਉਬਾਲ ਲਾਂਗੇ ਬਹੁਤ ਅਜਿਹੀਆਂ ਕੁੜੀਆਂ ਨੇ ਜਿਨ੍ਹਾਂ ਦਾ ਭਾਰ ਨਹੀਂ ਵੱਧਾ ਹੈਗਾ ਉਹਨਾਂ ਨੂੰ ਆਪਦੀ ਜਿਹੜੀ ਦੇਖਿਆ ਉਹ ਵਧੀਆ ਨਹੀਂ ਲੱਗਦੀ ਹੈਗੀ ਠੀਕ ਹੈ ਉਹ ਬਾਲੀਆਂ ਜਿਆਦਾ ਪਤਲੀਆਂ ਨਜ਼ਰ ਆਉਂਦੀਆਂ ਨੇ ਉਹਨਾਂ ਦੇ ਕੱਪੜੇ ਵੀ ਜਿਹੜੇ ਹੈਗੇ ਨੇ ਉਹ ਸਹੀ ਤਰੀਕੇ ਨਾਲ ਫਿੱਟ ਨਹੀਂ ਹੁੰਦੇਗੇ ਇਹੀ ਹਾਲ ਸੇਮ ਮੁੰਡ او 50 ਤੋਂ ਸਿੱਧਾ ਚਾਹੇ 70 ਤੇ ਮਾਰੋ ਪਰ ਚਾਹੇ 60 ਤੋਂ ਤੁਸੀਂ 90 ਦੇ ਮਾਰੋ ਉਹ ਤੁਹਾਡੀ ਮਰਜ਼ੀ ਹੈ ਤੇ ਤੁਹਾਡੇ ਸਰੀਰ ਦੇ ਵਿੱਚ ਤਾਕਤ ਵੀ ਇੰਨੀ ਜ਼ਿਆਦਾ ਆਊਗੀ ਵੀ ਬਾ ਕਮਾਲ ਤੁਸੀਂ ਆਪ ਕਹੋਗੇ ਵੀ ਯਾਰ ਮੇਰਾ ਤਾਂ ਇਹ ਸਰੀਰ ਹੀ ਨਹੀਂ ਗਿਆ ਤਾਂ ਮੈਨੂੰ ਸਰੀਰ ਹੀ ਨਵਾਂ ਮਿਲ ਗਿਆ ਠੀਕ ਹੈ ਆਹ ਲੋ ਜੀ ਇਸ ਤਰੀਕੇ ਨਾਲ ਆਪਾਂ ਨੇ ਇਹਨੂੰ ਉਬਾਲੀ ਜਾਣੇ ਵਾਲੀ ਜਾਣੇ ਮੰਨ ਕੇ ਚੱਲੋ ਵੀ ਜੇ ਤੁਸੀਂ 800 ਗ੍ਰਾਮ ਦੁੱਧ ਦੇ ਦੇ ਤੇ ਰੱਖਿਆ ਚੁੱਲ੍ਹੇ ਤੇ ਤਾਂ ਤੁਹਾਡਾ ਜਿਹੜਾ ਦੁੱਧ ਹੈ ਉਹ 600 ਗ੍ਰਾਮ ਰਹਿ ਜੇ ਇੰਨਾ ਕਿਹਦੇ ਵਿੱਚੋਂ ਪਾਣੀ ਹੈ ਜਿਹੜਾ ਉਹ ਤੁਸੀਂ ਬਿਲਕੁਲ ਖਤਮ ਕਰ ਦੇਣਾ ਠੀਕ ਹੈ ਚਮਚਾ ਜਾਂ ਕੜਚੀ ਲਗਾਤਾਰ ਤੁਸੀਂ ਇਹਦੇ ਵਿੱਚ ਮਾਰਦੇ ਰਹਿਣਾ ਤਾਂ ਕਿ ਜ ਬਿਲਕੁਲ ਕਾਰਗਰ ਤਰੀਕਾ ਜੀ ਪੁਰਾਣਾ ਤਰੀਕਾ ਹੈ ਪੁਰਾਣੇ ਬਜ਼ੁਰਗਾਂ ਦਾ ਦੱਸਿਆ ਹੋਇਆ ਤਰੀਕਾ ਹੈ ਪੁਰਾਣੇ ਬਜ਼ੁਰਗ ਸੀ ਜਿਹੜੇ ਤਾਂ ਹੀ ਉਹ 2-2 ਕੁਇੰਟਲ ਭਾਰ ਆਪਦੇ ਸਿਰ ਤੇ ਚੱਕ ਲੈਂਦੇ ਸੀ ਕਿਉਂਕਿ ਉਹਨਾਂ ਦਾ ਭਾਰ ਆਵਦਾ ਵੀ ਵੱਧ ਹੁੰਦਾ ਸੀ ਤੇ ਉਹ ਅਜਿਹੀਆਂ ਖਰਾਕਾਂ ਖਾਂਦੇ ਸੀ ਜਿਹੜੀਆਂ ਆਪਾਂ ਅੱਜ ਕੱਲ ਜਿੰਨਾ ਬਾਰੇ ਆਪਾਂ ਸੋਚਦੇ ਵੀ ਨਹੀਂ ਹੈਗੇ ਬਸ ਲੋਕ ਪਾਊਡਰਾਂ ਤੇ ਹੋਗੇ ਪੀਜੇ ਕੁਲਚਿਆਂ ਤੇ ਹੋਗੇ ਸਾਰੇ ਕੁੜੀਆਂ ਮੁੰਡੇ ਜਿੰਨੇ ਵੀ ਪਿੰਡਾਂ ਦੇ ਵਿੱਚ ਨੇ ਜਿਨ੍ਹਾਂ ਦਾ ਭਾਰ ਨਹੀਂ ਵੱਧਦਾ ਉਹ ਆ ਤਰੀਕਾ ਅਪਣਾ ਲਓ ਬੇਸ਼ੱਕ ਤੁਹਾਡੀ ਉਮਰ 15 ਸਾਲ ਹੈ ਬੇਸ਼ੱਕ 30 ਸਾਲ ਹੈ ਇਹ ਤਰੀਕੇ ਜਿਹੜਾ ਉਹ ਹਰੇਕ ਉਮਰ ਤੇ ਕ ਜਿਵੇਂ ਆਪਾਂ ਨੇ ਉਬਾਲ ਮਰਵਾਇਆ ਇਸੇ ਤਰੀਕੇ ਨਾਲ ਤੁਸੀਂ ਇਹਨੂੰ ਉਬਾਲ ਮਰਵਾ ਲਿਓ ਦੁੱਧ ਤੁਹਾਨੂੰ ਮੈਂ ਵਾਰੀ-ਵਾਰੀ ਕਹਿ ਰਿਹਾ ਵੀ ਜਿੰਨਾ ਵੀ ਤੁਸੀਂ ਵੱਧ ਪੀ ਸਕਦੇ ਹੋ ਓਨਾ ਹੀ ਤੁਸੀਂ ਵੱਧ ਦੁੱਧ ਦੇਦੇ ਤੇ ਰੱਖਿਓ ਕੋਸ਼ਿਸ਼ ਕਰੋ ਵੀ ਅੱਧਾ ਕਿਲੋ ਦੁੱਧ ਤੱਕ ਦਾ ਤੁਸੀਂ ਪੀਣਾ ਹੈ ਇਸ ਤੋਂ ਬਾਅਦ ਇਹਨੂੰ ਭਾਂਡੇ ਦੇ ਵਿੱਚ ਪਾ ਕੇ ਕਿਸੇ ਚੰਗੇ ਤਰੀਕੇ ਨਾਲ ਠੰਡਾ ਕਰ ਲੈਣਾ ਇੱਕ ਚਾਹੀਦਾ ਜੀ ਆਪਾਂ ਨੂੰ ਕੇਲਾ ਦੁੱਧ ਨੂੰ ਆਪਾਂ ਕੱਢ ਲਾਂਗੇ ਜੀ ਗਲਾਸ ਦੇ ਵਿੱਚ ਡੇਲੀ ਤੁਸੀਂ ਸਵੇਰੇ ਇਹਦੀ ਡਾਈਟ ਲੈਣੀ ਹੈ ਬਿਲਕੁਲ ਨਿਰਨੇ ਕਾਲ ਜੇ ਕੋਈ ਚਾਹ ਨਹੀਂ ਪੀਣੀ ਨਾਲ ਤੁਸੀਂ ਇੱਕ ਕੇਲਾ ਖਾਣਾ ਜੇ ਤੁਸੀਂ ਪਾਈਆ ਦੁੱਧ ਪੀਨੇ ਹੁੰਦਾ ਤੁਸੀਂ ਇੱਕ ਕੇਲਾ ਖਾ ਸਕਦੇ ਹੋ ਅੱਧਾ ਕਿਲੋ ਪੀਨੇ ਹੁੰਦਾ ਤੁਸੀਂ ਨਕੇਲੇ ਪਰ ਤੁਸੀਂ ਆਪ ਦੇਖ ਲਿਓ ਵੀ 15 ਦਿਨਾਂ ਦੇ ਵਿੱਚ ਤੁਹਾਡਾ ਅਪ ਹੋ ਜਾਊਗਾ ਤੇ ਵੀਡੀਓ ਵੱਧ ਤੋਂ ਵੱਧ ਅੱਗੇ ਸ਼ੇਅਰ ਕਰ ਦਿਓ